ਜਿਹੜੇ ਲਾਲਚੀ ਨੇ ਉਹਨਾਂ ਨੂੰ ਨਾ ਚੁਣੀਏ। ਇਸ ਵਾਰ ਪਾਰਟੀਬਾਜ਼ੀ ਧੜੇਬੰਦੀ ਤੋਂ ਉੱਤੇ ਉੱਠ ਕੇ ਗੱਲ ਕਰੀਏ ਪੰਜਾਬ ਬਚਾਉਣ ਦੀ। ਇਸ ਵਾਰ ਸ਼ਰਾਬ ਵੰਡਣ ਵਾਲੇ ਪੈਸਾ ਵੰਡਣ ਵਾਲਿਆਂ ਨੂੰ ਮੂੰਹ ਨਾ ਲਾਈਏ। ਸ਼ਰਾਬ ਦੀ ਇੱਕ ਬੋਤਲ ਜਾਂ ਚੰਦ ਦਿਨਾਂ ਦਾ ਤੁਹਾਡਾ ਇੰਜੋਇਮੈਂਟ ਤੁਹਾਡੇ ਅਗਲੇ 5 ਸਾਲ ਖਰਾਬ ਕਰ ਦਿੰਦਾ। ਜੇ ਤੁਹਾਡੇ ਪਿੰਡ ਦਾ ਭਲਾ ਇੰਨੇ ਸਾਲਾਂ 'ਚ ਨਹੀਂ ਹੋਇਆ, ਜੇ ਅੱਜ ਤੱਕ ਤੁਸੀਂ ਗਲੀਆਂ ਨਾਲੀਆਂ 'ਤੇ ਤੁਰੇ ਫਿਰਦੇ ਹੋ ਅਤੇ ਉਹੀ ਪਰਿਵਾਰ ਤੁਹਾਡੇ ਪਿੰਡ ਨੂੰ ਕੰਟਰੋਲ ਕਰ ਰਹੇ ਹੈ, 30-30 ਸਾਲ ਤੋਂ ਉਹੀ ਸਰਪੰਚ ਬਣੇ ਆਉਂਦੇ ਹੈ, ਕਿ ਜੇ ਉਹ 30 ਸਾਲਾਂ 'ਚ ਕੱਖ ਨਹੀਂ ਕਰ ਸਕੇ ਤਾਂ ਅਗਲੇ 5 ਸਾਲਾਂ 'ਚ ਵੀ ਤੁਹਾਡਾ ਨਹੀਂ ਕਰਨਾ ਉਹਨਾਂ ਨੇ ਕੁਛ। ਕਿ ਉਹ ਮੇਰੇ ਪੰਜਾਬ ਦਿਓ ਲੋਕੋ, ਆਓ ਉੱਠ ਖੜੇ ਹੋਈਏ, ਉਸ ਸਿਸਟਮ ਦੇ ਖਿਲਾਫ ਉੱਠ ਖੜੇ ਹੋਈਏ। ਨਵੀਂ ਨੌਜਵਾਨ ਪੀੜ੍ਹੀ ਨੂੰ ਮੈਸੇਜ ਹੈ। ਸਤਿ ਸ਼੍ਰੀ ਅਕਾਲ, ਮੈਂ ਸਿਮਰਨਜੋਤ ਸਿੰਘ ਮੱਕੜ, ਤੁਸੀਂ ਦੇਖ ਰਹੇ ਹੋ SMTV। ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਹੋਣੀਆਂ, ਸਰਪੰਚ ਚੁਣੇ ਜਾਣੇ ਹੈ, ਪੰਚ ਚੁਣੇ ਜਾਣੇ ਹੈ। ਇੱਕ ਅਪੀਲ ਪੂਰੇ ਪੰਜਾਬ ਦੇ ਨਿਵਾਸੀਆਂ ਨੂੰ ਕਿ ਦੋਸਤੋ, ਆਓ ਇਸ ਵਾਰ ਜਿਹੜਾ ਪੰਜਾਬ ਅਸੀਂ ਹਮੇਸ਼ਾ ਲੋਚਦੇ ਹਾਂ ਉਹ ਸਿਰਜਣ ਦੀ ਕੋਸ਼ਿਸ਼ ਕਰੀਏ। ਕੋਸ਼ਿਸ਼ ਇਹ ਕਰੀਏ ਕਿ ਇਸ ਵਾਰ ਜਿਹੜੇ ਲਾਲਚੀ ਨੇ ਉਹਨਾਂ ਨੂੰ ਨਾ ਚੁਣੀਏ। ਇਸ ਵਾਰ ਪਾਰਟੀਬਾਜ਼ੀ ਧੜੇਬੰਦੀ ਤੋਂ ਉੱਤੇ ਉੱਠ ਕੇ ਗੱਲ ਕਰੀਏ ਪੰਜਾਬ ਬਚਾਉਣ ਦੀ। ਇਸ ਵਾਰ ਸ਼ਰਾਬ ਵੰਡਣ ਵਾਲੇ ਪੈਸਾ ਵੰਡਣ ਵਾਲਿਆਂ ਨੂੰ ਮੂੰਹ ਨਾ ਲਾਈਏ। ਸ਼ਰਾਬ ਦੀ ਇੱਕ ਬੋਤਲ ਜਾਂ ਚੰਦ ਦਿਨਾਂ ਦਾ ਤੁਹਾਡਾ ਇੰਜੋਇਮੈਂਟ ਤੁਹਾਡੇ ਅਗਲੇ 5 ਸਾਲ ਖਰਾਬ ਕਰ ਦਿੰਦਾ। ਥੋੜ੍ਹੇ ਦਿਨ ਹੋ ਗਏ ਚੌਪਾਲ ਦੇ ਉੱਤੇ ਸਰਪੰਚੀ ਨਾਮ ਦੀ ਇੱਕ ਵੈਬ ਸੀਰੀਜ਼ ਜਿਹੜੀ ਹੈ ਉਹ ਰਿਲੀਜ਼ ਹੋਈ। ਗੁਰਪ੍ਰੀਤ ਸਿੰਘ ਭਲੇੜੀ ਹੋਣਾ ਦੇ ਵੱਲੋਂ ਡਾਇਰੈਕਟ ਕੀਤੀ, ਲਿਖੀ ਕੀਤੀ, ਮੇਰੇ ਬੜੇ ਪਿਆਰੇ ਪਰਮ ਮਿੱਤਰ ਨੇ ਔਰ ਬਹੁਤ ਕਮਾਲ ਦੇ ਇਨਸਾਨ ਨੇ ਗੁਰਪ੍ਰੀਤ ਸਿੰਘ ਭਲੇੜੀ। ਮੈਂ ਤਾਂ ਇਹ ਚਾਹੁੰਦਾ ਕਿ ਸਾਰਾ ਪੰਜਾਬ ਪਹਿਲਾਂ ਉਹ ਦੇਖੇ ਕਿਸ ਤਰੀਕੇ ਨਾਲ ਉਹਦੇ 'ਚ ਦਰਸਾਇਆ ਗਿਆ ਕਿ ਇੱਕ ਪਾਸੇ ਨਵੀਂ ਸੋਚ ਦਾ ਨੌਜਵਾਨ ਮੁੰਡਾ ਜਸ ਬਾਜਵਾ ਜੋ ਕਿਰਦਾਰ ਨਿਭਾ ਰਹੇ ਹੈ, ਦੂਜੇ ਪਾਸੇ ਉਹੀ ਰਵਾਇਤੀ ਸਿਸਟਮ ਜਿਹੜਾ ਚੱਲਦਾ ਆ ਰਿਹਾ ਕਿ ਪੋਲੀਟੀਕਲ ਪਾਰਟੀਆਂ ਕਿਵੇਂ ਥੱਲੇ ਆਪਦੇ ਉਹ ਲਾਲਚੀ ਲੋਕ ਪੈਦਾ ਕਰਦੀ ਹੈ, ਗੁੰਡੇ ਪੈਦਾ ਕਰਦੀ ਹੈ, ਜਿਹੜੇ ਲੋਕ ਪਿੰਡ ਨੂੰ ਦੋ ਧੜਿਆਂ 'ਚ ਪਾੜਨ ਦੀ ਕੋਸ਼ਿਸ਼ ਕਰਦੇ ਹੈ, ਪੈਸਾ ਵੰਡਦੇ ਹੈ, ਸ਼ਰਾਬ ਵੰਡਦੇ ਹੈ, ਔਰ ਪਤਾ ਨਹੀਂ ਕੀ ਵੋਟ ਦੇ ਲਾਲਚ ਪਿੱਛੇ ਘਰਾਂ ਤੱਕ ਪਹੁੰਚਦਾ ਹੁੰਦਾ ਹੈ, ਔਰ ਉਸ ਲਾਲਚ ਕਰਕੇ ਤੁਸੀਂ ਇੱਕ ਗਾਂਹ ਵਧੂ ਸੋਚ ਦੇ ਮਾਲਕ ਛੱਡ ਕੇ ਔਰ ਉਹੀ ਸਿਸਟਮ ਦੇ ਲੋਕ ਚੁਣ ਲੈਂਦੇ ਹੋ। ਬਹੁਤ ਸੋਹਣਾ ਕੰਮ ਕੀਤਾ ਹੈ ਸਰਦਾਰ ਸੋਹੀ ਸਾਹਿਬ ਨੇ, ਇਹਦੇ 'ਚ ਇੱਕ ਨੈਗੇਟਿਵ ਕਿਰਦਾਰ ਜਿਹੜਾ ਨਿਭਾਇਆ ਹੈ ਜਸ ਬਾਜਵਾ ਹੋਣਾ ਨੇ, ਬਹੁਤ ਸੋਹਣਾ ਕਿਰਦਾਰ ਨਿਭਾਇਆ ਹੈ। ਇਰਵਿਨ ਮੀਤ ਤੋਂ ਤੁਸੀਂ ਬਹੁਤ ਇੰਪ੍ਰੈਸ ਹੋਵੋਗੇ, ਪੰਜਾਬ ਦੀ ਇੱਕ ਨਵੀਂ ਕਲਾਕਾਰ ਤੁਹਾਨੂੰ ਮਿਲ ਰਹੀ ਹੈ ਜੋ ਇੰਡਸਟਰੀ 'ਚ ਖਾਸ ਤੌਰ 'ਤੇ ਜਿਹੜੀਆਂ ਕੁੜੀਆਂ ਨੇ ਐਕਟਰੈਸਿਸ ਨੇ ਉਹਨਾਂ ਦੇ ਵਿੱਚ ਬਹੁਤ ਹਾਈਲੀ ਇੰਪ੍ਰੈਸਿਵ ਇਸ ਕੁੜੀ ਦੇ ਵੱਲੋਂ ਕੰਮ ਕੀਤਾ ਗਿਆ। ਔਰ ਗੁਰਪ੍ਰੀਤ ਭਲੇੜੀ ਦਾ ਜਿਹੜਾ ਕੰਮ ਰਾਈਟਿੰਗ ਔਰ ਡਾਇਰੈਕਸ਼ਨ ਤੁਹਾਨੂੰ ਬਰੀਕੀ ਨਜ਼ਰ ਆਉਂਦੀ ਹੈ ਇਹਦੇ ਵਿੱਚ, ਤਾਂ ਇਹ ਇੱਕ ਤਾਂ ਐਂਟਰਟੇਨਮੈਂਟ ਪੁਆਇੰਟ ਆਫ ਵਿਊ ਤੋਂ ਬਹੁਤ ਕਮਾਲ ਹੈ, ਦੂਜੀ ਗੱਲ ਇਹ ਵੀ ਹੈ ਕਿ ਤੁਹਾਨੂੰ ਰਿਐਲਿਟੀ ਦੇ ਬਹੁਤ ਨੇੜੇ ਹੋ ਕੇ ਚੀਜ਼ਾਂ ਪਤਾ ਲੱਗਦੀਆਂ ਕਿ ਕਿਵੇਂ ਆਮ ਘਰਾਂ ਦੇ ਨੌਜਵਾਨ ਜਿਹੜੇ ਆ ਪਹਿਲਾਂ ਤਾਂ ਉਹ ਸੋਚਦੇ ਹੀ ਨਹੀਂ ਕਿ ਅਸੀਂ ਆਪਦੇ ਪਿੰਡ ਵਾਸਤੇ ਆਪਦੇ ਨਗਰ ਵਾਸਤੇ ਜਿਹੜਾ ਉਹ ਮੂਹਰੇ ਆਈਏ ਅਤੇ ਅਸੀਂ ਚੋਣਾਂ 'ਚ ਖੜ੍ਹੇ ਹੋਈਏ ਔਰ ਅਸੀਂ ਪੜ੍ਹੇ ਲਿਖੇ ਨੌਜਵਾਨ ਜਿਹੜੇ ਨੇ ਕਿ ਅਸੀਂ ਤਕਦੀਰ ਬਦਲੀਏ। ਉਹਨਾਂ ਦਾ ਵਿਚਾਰ ਇਹ ਹੈ ਕਿ ਬਾਹਰ ਜਾਈਏ ਇੱਥੋਂ, ਇੱਥੇ ਪਿਆ ਕੱਖ ਨਹੀਂ, ਜਾਂ ਜਿਹੜੇ ਪਰਿਵਾਰ ਖੇਤੀ ਨਾਲ ਸੰਬੰਧ ਰੱਖ ਰਹੇ ਨੇ, ਜਿਹੜੇ ਪਰਿਵਾਰ ਜਿਨ੍ਹਾਂ ਦਾ ਕੋਈ ਲੈਣਾ ਦੇਣਾ ਨਹੀਂ ਹੁੰਦਾ ਪੋਲੀਟਿਕਸ 'ਚ, ਲੇਕਿਨ ਉਹ ਥੋਟਫੁੱਲ ਨੇ, ਤਾਂ ਉਹ ਨਹੀਂ ਆਉਂਦੇ। ਦੂਜੇ ਪਾਸੇ ਉਹੀ ਰਵਾਇਤੀ ਸਿਸਟਮ ਸਟਰਕਚਰ ਜਿਹੜਾ ਦਹਾਕਿਆਂ ਤੋਂ ਚੱਲਿਆ ਆ ਰਿਹਾ ਕਿ 2-3 ਪਰਿਵਾਰਾਂ ਦੇ ਹੱਥ ਹੀ ਸਾਰੀ ਖੇਡ ਹੈ ਔਰ ਹਰ ਵਾਰੀ ਉਹੀ ਕੰਟਰੋਲ ਕਰ ਰਹੇ ਹੈ। ਜੇ ਤੁਹਾਡੇ ਪਿੰਡ ਦਾ ਭਲਾ ਇੰਨੇ ਸਾਲਾਂ 'ਚ ਨਹੀਂ ਹੋਇਆ, ਜੇ ਅੱਜ ਤੱਕ ਤੁਸੀਂ ਗਲੀਆਂ ਨਾਲੀਆਂ 'ਤੇ ਤੁਰੇ ਫਿਰਦੇ ਹੋ
ਅਤੇ ਉਹੀ ਪਰਿਵਾਰ ਤੁਹਾਡੇ ਪਿੰਡ ਨੂੰ ਕੰਟਰੋਲ ਕਰ ਰਹੇ ਹੈ, 30-30 ਸਾਲ ਤੋਂ ਉਹੀ ਸਰਪੰਚ ਬਣੇ ਆਉਂਦੇ ਹੈ, ਉਹੀ ਪੰਚ ਬਣੇ ਆਉਂਦੇ, ਤਾਂ ਸੋਚਣ ਦੀ ਲੋੜ ਹੈ ਕਿ ਜੇ ਉਹ 30 ਸਾਲਾਂ 'ਚ ਕੱਖ ਨਹੀਂ ਕਰ ਸਕੇ ਤਾਂ ਅਗਲੇ 5 ਸਾਲਾਂ 'ਚ ਵੀ ਤੁਹਾਡਾ ਨਹੀਂ ਕਰਨਾ ਉਹਨਾਂ ਨੇ ਕੁਛ। ਤਾਂ ਇੱਕ ਮੈਸੇਜ ਦਿੰਦਾ ਇਹ ਦਿੰਦੀ ਵੈਬ ਸੀਰੀਜ਼ ਹੈ ਪੰਜਾਬ ਨੂੰ ਕਿ ਉਹ ਮੇਰੇ ਪੰਜਾਬ ਦਿਓ ਲੋਕੋ, ਆਓ ਉੱਠ ਖੜ੍ਹੇ ਹੋਈਏ, ਉਸ ਸਿਸਟਮ ਦੇ ਖਿਲਾਫ ਉੱਠ ਖੜ੍ਹੇ ਹੋਈਏ। ਨਵੀਂ ਨੌਜਵਾਨ ਪੀੜ੍ਹੀ ਨੂੰ ਮੈਸੇਜ ਹੈ ਕਿ ਕਿਵੇਂ ਤੁਸੀਂ ਮੂਹਰੇ ਆਉਂਗੇ, ਔਰ ਤੁਸੀਂ ਇਸ ਥੋਟ ਨਾਲ ਕਿ ਵੋਟ ਭਾਵੇਂ ਪਵੇ ਨਾ ਪਵੇ ਅਸੀਂ ਐਤਕੀ ਪੈਸਾ ਨਹੀਂ ਵੰਡਣਾ, ਅਸੀਂ ਦਾਰੂ ਨਹੀਂ ਵੰਡਣੀ, ਦੋਵੇਂ ਧਿਰਾਂ ਸੋਚਣ ਲੱਗ ਜਾਣਗੀਆਂ ਤਾਂ ਫਿਰ ਅਸਲ ਜਿਹੜਾ ਮੁਕਾਬਲਾ ਸ਼ੁਰੂ ਹੁੰਦਾ। ਤਾਂ ਵਧਾਈ ਦੇ ਪਾਤਰ ਨੇ ਗੁਰਪ੍ਰੀਤ ਭਲੇੜੀ ਹੋਣੇ, ਜਸ ਬਾਜਵਾ ਹੋਣੇ, ਇਰਵਿਨ ਜਿਵੇਂ ਮੈਂ ਜ਼ਿਕਰ ਕੀਤਾ ਬਹੁਤ ਸੋਹਣਾ ਕੰਮ ਕੀਤਾ, ਔਰ ਜਿਹੜੇ ਬਾਕੀ ਦੇ ਵੀ ਕਿਰਦਾਰ ਨੇ ਜਿੰਨੇ ਉਹ ਬਹੁਤ ਬਾਕਮਾਲ ਨੇ। ਸੋ ਦੋਨੋਂ ਗੱਲਾਂ ਪੰਜਾਬ ਵਾਸਤੇ, ਪੰਚਾਇਤੀ ਚੋਣਾਂ ਆਉਣੀਆਂ, ਔਰ ਮੇਰੀ ਇਹ ਤੁਹਾਨੂੰ ਅਪੀਲ ਹੈ ਕਿ ਜ਼ਰੂਰ ਚੌਪਾਲ ਦੇ ਉੱਤੇ ਇਹ ਸੀਰੀਜ਼ ਦੇਖੋ ਤਾਂ ਜੋ ਤੁਹਾਨੂੰ ਬਹੁਤ ਰਿਐਲਿਟੀ ਦੇ ਨੇੜੇ ਇਹ ਪਤਾ ਲੱਗੇ ਕਿ ਸੱਚ ਦੇ ਬਿਲਕੁਲ ਨੇੜੇ ਹੋ ਕੇ ਬਣਾਈ ਗਈ ਹੈ। ਧੰਨਵਾਦ।